ਇਹ ਹਾਈ ਹਾਈ ਦੇ ਨਾਰੇ ਲਾਉਂਦੇ ਪ੍ਰਦਰਸ਼ਨਕਾਰੀ ਮਲੋਟ ਇਲਾਕੇ ਦੇ ਨੇ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਮਲੋਟ ਮੁਕਸਰ ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਦੀ ਮੰਗ ਕਰ ਰਹੇ ਨੇ। ਆਪਣੀ ਇਸੇ ਮੰਗ ਨੂੰ ਲੈ ਕੇ ਇਹਨਾਂ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਗੁਰੂ ਨਾਨਕ ਚੌਂਕ ਉੱਤੇ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ। ਅੱਜ ਸਮੁੱਚੇ ਦੇਸ਼ ਦੇ ਵਿੱਚ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਸਾਡੇ ਮਲੋਟ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮਲੋਟ ਵਿਕਾਸ ਮੰਚ ਦੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਲਾਮੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹਦਾ ਮੁੱਖ ਕਾਰਨ ਇਹ ਹੈ ਕਿ ਜੋ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਹੈ ਪਿਛਲੇ 8-10 ਸਾਲਾਂ ਤੋਂ ਇਹ ਸੜਕ ਦਾ ਨਿਰਮਾਣ ਨਹੀਂ ਹੋ ਸਕਿਆ ਕਿਉਂਕਿ ਜਿਹੜੀ ਇਹ ਸੜਕ ਹੈ ਜਿਹੜਾ ਸਾਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਇਹ 40 ਮੁਕਤਿਆਂ ਦੀ ਪਵਿੱਤਰ ਧਰਤੀ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਛੋਹ ਪ੍ਰਾਪਤ ਜ਼ਿਲ੍ਹਾ ਹੈ। ਬਥੇਰੀ ਵਾਰ ਪ੍ਰਸ਼ਾਸਨ ਨੂੰ ਅਤੇ ਸਰਕਾਰਾਂ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ ਲੇਕਿਨ ਅਜੇ ਤੱਕ ਕਿਸੇ ਨੇ ਸੜਕ ਵੱਲ ਧਿਆਨ ਨਹੀਂ ਦਿੱਤਾ। ਲਗਾਤਾਰ ਐਕਸੀਡੈਂਟ ਹੋ ਰਹੇ ਹਨ ਔਰ ਲਗਾਤਾਰ ਲੋਕ ਅਪਾਹਜ ਹੋ ਰਹੇ ਹਨ। ਲਗਾਤਾਰ ਸੜਕਾਂ ਦਾ ਵਹੀਕਲਾਂ ਦਾ ਬਹੁਤ ਭਾਰੀ ਜਿਹੜਾ ਹੈ ਉਹ ਨੁਕਸਾਨ ਹੋ ਰਿਹਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਅੱਜ ਮਲੋਟ ਵਿਕਾਸ ਮੰਚ ਵੱਲੋਂ ਬੜੇ ਦੁਖੀ ਹਿਰਦੇ ਦੇ ਨਾਲ ਸਾਨੂੰ ਗੁਲਾਮੀ ਦਿਵਸ ਜਿਹੜਾ ਹੈ ਉਹ ਮਨਾਉਣਾ ਪੈ ਰਿਹਾ ਹੈ। ਕੱਲ੍ਹ ਹੀ ਸਾਡੇ ਮਾਣਯੋਗ ADC ਸਾਹਿਬ ਆਏ ਸਨ ਅਤੇ ਉਹਨਾਂ ਨੂੰ ਦਾਰ ਨੇ ਬੇਨਤੀ ਕੀਤੀ ਸੀ ਕਿ ਸਾਡੇ ਜ਼ਿਲ੍ਹੇ ਦੀਆਂ ਦੋ ਹੀ ਮੁੱਖ ਮੰਗਾਂ ਨੇ ਹੋਰ ਸਾਡੇ ਜ਼ਿਲ੍ਹੇ ਦੀ ਕੋਈ ਮੰਗ ਨਹੀਂ ਕਿ ਜੋ ਬੇਸਹਾਰਾ ਪਸ਼ੂ ਹਨ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ। ਇਹ ਇੱਕ ਮਲੋਟ ਵਿਕਾਸ ਮੰਚ ਵੱਲੋਂ ਕਿਸੇ ਗੈਰ ਸਿਆਸੀ ਮੰਤਵ ਨਾਲ ਜਨਤਕ ਹਿੱਤ ਦੇ ਵਿੱਚ ਆਮ ਜਨਤਾ ਦੇ ਹਿੱਤ ਦੇ ਵਿੱਚ ਅਸੀਂ ਪਹਿਲਾਂ ਬਹੁਤ ਵਾਰ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਚੁੱਕੇ ਹਾਂ। ਮੈਂ ਹੀ ਜਾ ਕੇ ਦੇਖਿਆ ਬਤੌਰ ਸਕੱਤਰ ਔਰ ਪ੍ਰਸ਼ਾਸਨ ਵੱਲੋਂ ਸਾਨੂੰ ਲੋਲੀਪੋਪ ਦੇਣ ਤੋਂ ਸਿਵਾਏ ਅਜੇ ਤਾਂ ਕੋਈ ਨਹੀਂ ਕੀਤਾ ਗਿਆ ਔਰ ਪਿੱਛੇ ਇਹ ਬਜਟ ਬਣਾ ਕੇ ਭੇਜਿਆ ਸੀ ਉਹ ਥੋੜ੍ਹਾ ਬਹੁਤਾ ਦਬਾਅ ਬਣਾਇਆ ਪੈਰਵਾਈ ਕੀਤੀ ਤਾਂ ਉਹਨਾਂ ਨੇ ਬਜਟ ਬਣਾ ਕੇ ਭੇਜਿਆ 156 ਕਰੋੜ ਦਾ। ਇਹ ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ 253 ਮਲੋਟ ਤੋਂ ਮੁਕਤਸਰ ਜੋ ਕਿ ਇਤਿਹਾਸਿਕ ਜ਼ਿਲ੍ਹੇ ਨੂੰ ਜੋੜਦੀ ਹੈ, ਇਤਿਹਾਸਿਕ ਚਰਨ ਛੋਹ ਪ੍ਰਾਪਤ ਜ਼ਿਲ੍ਹਾ ਹੈ ਔਰ ਮੈਂ ਕਹਿੰਦਾ ਪੰਜਾਬ 'ਚ ਤੂੰ ਮਾੜੀ ਸੜਕ ਹੋਰ ਕਿਸੇ ਜ਼ਿਲ੍ਹੇ ਦੀ ਨਹੀਂ ਹੋ ਸਕਦੀ, ਹੋਰ ਕੋਈ ਸੜਕ ਨਹੀਂ ਮਾੜੀ ਹੋ ਸਕਦੀ। ਬਹੁਤ ਵੱਡੇ ਖੱਡੇ ਹਨ, ਅਸੀਂ ਆਪਣੇ ਲੈਵਲ 'ਤੇ ਬਹੁਤ ਉਪਰਾਲਾ ਕੀਤਾ ਲੇਕਿਨ ਹੁਣ ਪਿੱਛੇ ਇਹ ਪ੍ਰਸ਼ਾਸਨ ਨੇ ਮਹਿਕਮੇ ਨੇ ਸੰਬੰਧਿਤ ਸੈਂਟਰ ਗੌਰਮੈਂਟ ਨੂੰ ਸੈਂਟਰ ਜਿਹੜਾ ਰੋਡ ਟਰਾਂਸਪੋਰਟ ਮਹਿਕਮਾ ਉਹਨੂੰ ਉਹਨਾਂ ਨੇ ਬਜਟ ਬਣਾ ਕੇ ਭੇਜਿਆ ਲੇਕਿਨ ਉਹਨਾਂ ਨੇ ਕਿਸੇ ਕਾਰਨ ਬਿਨਾਂ ਕਿਸੇ ਕਾਰਨ ਦੱਸੇ ਉਸਦਾ ਪ੍ਰਪੋਜ਼ਲ ਨੂੰ ਉਹਨੂੰ ਨਾ ਕਰ ਦਿੱਤੀ ਹੈ ਬਣਾਉਣ ਤੋਂ ਔਰ ਬਜਟ ਪਾਸ ਕਰਨ ਤੋਂ ਨਾ ਕਰ ਦਿੱਤੀ ਹੈ ਔਰ ਬੜੇ ਭਿਆਨਕ ਖੱਡੇ ਹਨ। ਜਨ ਹਿੱਤ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵਿਕਾਸ ਮੰਚ ਵੱਲੋਂ। ਦੇਸ਼ ਦੀ ਆਜ਼ਾਦੀ ਨੂੰ ਇੰਨੇ ਸਾਲ ਬੀਤ ਜਾਣ ਬਾਅਦ ਵੀ ਸੂਬੇ ਦੇ ਇਤਿਹਾਸਕ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਸੱਤਾਧਰ ਦੀ ਕਾਰਗੁਜ਼ਾਰੀ 'ਤੇ ਕਿਤੇ ਨਾ ਕਿਤੇ ਜ਼ਰੂਰ ਸਵਾਲ ਖੜ੍ਹੇ ਕਰਦੇ ਨੇ। ਬਿਊਰੋ ਰਿਪੋਰਟ ਸਕਾਈ ਨਿਊਜ਼ ਪੰਜਾਬ।